ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਦੇ ਆਖਰੀ ਅਤੇ 7ਵੇਂ ਪੜਾਅ ਤਹਿਤ ਕੱਲ 57 ਸੀਟਾਂ ਤੇ ਵੋਟਾਂ ਪੈਣਗੀਆਂ ਤੇ ਇਸ ਦੇ ਨਾਲ ਦੇਸ਼ ਭਰ ਦੇ ਵਿੱਚ ਚੱਲ ਰਹੀਆਂ ਲੋਕ ਸਭਾ ਚੋਣਾਂ ਦਾ ਕੰਮ ਮੁਕੰਮਲ ਹੋ ਜਾਏਗਾ। ਦੇਸ਼ ਦੀ ਜਨਤਾ ਅਗਲੀ ਸਰਕਾਰ ਚੁਣ ਕੇ ਆਪਣਾ ਫੈਸਲਾ ਈਵੀਐਮ ਦੇ ਵਿੱਚ ਕੈਦ ਕਰ ਦੇਵੇਗੀ, ਜਿਸ ਦਾ ਐਲਾਨ 4 ਜੂਨ ਨੂੰ ਹੋਏਗਾ। ਆਉਣ ਵਾਲੇ ਕੱਲ 7ਵੇਂ ਗੇੜ ਦੇ ਵਿੱਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਵੀ ਵੋਟਿੰਗ ਹੋਏਗੀ। कुल 57 सीटां ते वोटां पैणियां ने। पंजाब दीआं 13 सीटां ते इस वार 328 उम्मीदवार ने, जिन्हां दे विच्चों 26 महिलावां ने। अंतिम गेट तहत पंजाब दीआं 13, हिमाचल प्रदेश दीआं 4, उत्तर प्रदेश दीआं 13, बिहार दीआं 8, उड़ीसा दीआं 6 ते झारखंड दीआं 3 लोक सभा सीटां ते वोटां पैणगीआं। इस दे अलावा हिमाचल प्रदेश दीआं 6 विधान सभा सीटां ते जिमनी चोण भी 1 जून नूं होणी है। 28 सूबिआं ते केंद्र शासित प्रदेशां विचलीआं 486 सीटां ते वोटिंग पहलां ही हो चुकी है। पहले 6 गेड़ां दे विच वोटिंग फीसद 66.14, अगले गेड़ दे विच वी 66.71, जदों कि तीजे गेड़ दे विच वोटिंग थोड़ी घटी 65.68%, ਅਤੇ ਚੌਥੇ ਗੇੜ ਦੇ ਵਿੱਚ ਇਸ ਦੇ ਵਿੱਚ ਥੋੜ੍ਹਾ ਇਜ਼ਾਫਾ ਹੋਇਆ 59.16%, ਜਦੋਂ ਕਿ ਅਗਲੇ ਗੇੜ ਦੇ ਵਿੱਚ ਵੋਟ ਫੀਸਦ ਹੋਰ ਘਟੀ 62.2% ਹੋ ਗਈ, ਜਦੋਂ ਕਿ 6ਵੇਂ ਗੇੜ ਦੇ ਵਿੱਚ ਵੋਟ ਫੀਸਦ 63.36% ਰਹੀ। ਤੇ ਹੁਣ ਆਉਣ ਵਾਲੇ ਕੱਲ ਯਾਨੀ ਕਿ 1 ਜੂਨ ਨੂੰ 7ਵੇਂ ਗੇੜ ਦੇ ਦੌਰਾਨ ਪੰਜਾਬ ਸਣੇ 57 ਸੀਟਾਂ ਤੇ ਵੋਟਿੰਗ ਹੋਵੇਗੀ।